ਲਓ ਜੀ ਭਰਾ ਇੱਕ ਨੇ ਬਹੁਤ ਫੋਨ ਕਰਕੇ ਰਿਕੁਐਸਟ ਕੀਤੀ ਬਾਪ ਦੇ ਬਾਰੇ ਕੋਈ ਦੋ ਚਾਰ ਸ਼ੇਰ ਸੁਣਾਓ ਅਤੇ ਕੋਸ਼ਿਸ਼ ਕਰਨੇ ਆ ਕਿਉਂਕਿ ਬਸ ਤਾਂ ਲੈਣੇ ਕਿਸੇ ਦਾ ਦਿਲ ਨਹੀਂ ਦਿਖਾਇਆ ਇੱਕ ਦਿਲ ਹੀ ਤਾਂ ਹੈ ਜੋ ਵੀ ਦੋ ਵਜੇ ਤਾਂ ਫਿਰ ਪਿੱਛੇ ਰਹਿ ਕੇ ਜਾਂਦਾ ਹੈ ਤੇ ਬਾਪ ਮਰੇ ਐ ਸਿਰ ਲੰਘਾਉਂਦਾ ਤੇ ਕੌਣ ਕਰੇ ਗਮ ਐ ਗਾਰੀ ਓ ਮਾਂ ਮਰੇ ਤਾਂ ਮੁੱਕ ਜਾਵਣ ਐ ਮਾਪੇ ਓ ਮਨੂ ਜਿੜਿਆ ਦਿਸ ਦਾ ਐ ਵੇੜਾ ਓ ਕਿਤੋਂ ਏਡੇ ਓਏ ਦਰਦ ਲਿਓਲੇ ਦਸ ਦੁਕਾਨ ਏ ਦਰਦਾਂ ਵਾਲੇ ਓ ਬਣੀ ਓ ਦਲਾਲ ਏ ਹਮਾਰਾ ਕਤਰਾ ਐ ਬਖਸ਼ੇ ਮੈਨੂੰ ਓਏ ਕੰਮ ਬਣ ਜਾਂਦਾ ਸਾਬਰ ਮੰਦੇ ਨੇ ਜਿਲਾਂ ਤਿਲਾਂ ਵਿੱਚ ਓਏ ਤੇਲ ਲਾਇਓ ਵੇ ਓ ਕੀ ਕੋਲੋ
ਵਿੱਚ ਐ ਪਾਣਾ ਤੇ ਜਿਹੜੀ ਗੱਲ ਦਾ ਉਹ ਸਵਾਦ ਨਾ ਆਵੇ ਉੱਥੇ ਕਾਨੂੰ ਮਗਰ ਇੱਕ ਪਾਣਾ ਤੇ ਦੁੱਖ ਪਰਦੇਸ ਦਾ ਸੋਇਓ ਏ ਜਾਣੇ ਮੁਸਾਫਰ ਓਏ ਓਵੇ ਤੇ ਵਤਨਾਂ ਦੀ ਜਦੋਂ ਯਾਦ ਸਤਾਵੇ ਉਹ ਦਿਲ ਕਮਲਾ ਲੁਕ ਲੁਕ ਐ ਰੋਵੇ ਵਿਛੜੇ ਯਾਰ ਏ ਮਲਾਵੇ ਤੇ ਰੋਣ ਵਾਲਾ ਏ ਬੰਦਾ ਯਾਰੋ ਓ ਯਾਰੀ ਮੂਲ ਨਾ ਲਾਵੇ ਪਰਦੇਸ ਵੇ ਬਾਬਲ ਤੇ ਪੁੱਤਰਾਂ ਲਈ ਉਹ ਐ ਜਗੀਰਾ ਤੇ ਦੁੱਖ ਸੁੱਖ ਸਹਿਣਾ ਸਭ ਕੁਝ ਸਹਿਣਾ ਉਹ ਧੀਆਂ ਦੀਆਂ ਐ ਤਕਦੀਰਾਂ ਤੇ ਲੱਖ ਖਿਦਮਤ ਉਹ ਲੱਖ ਖਿਦਮਤ ਕੰਜਰਾਂ ਵੀ ਕਰੀਏ and
ਬੋਲਾ ਅੰਮ੍ਰਿਤ ਫੇਰ ਵਿਛੜ ਲਾ ਐ ਜਾਵਾਂ ਵੇਰ ਓ ਵਿਛੜ ਨਾ ਜਾ ਜੀ ਦੁਆਲੇ ਰੱਬ ਦੇ ਸਾਡਾ ਵੀ ਹੁਣ ਜ਼ਰਾ ਅੱਜ ਮੋਲ ਛੋਲ ਭੱਜ ਗਏ ਚੋਰੀ ਖਾਲਕ ਕੀ ਹਾਲ ਬਾਈ ਚਾਚੇ ਦੇ ਪੁੱਤਰਾ ਮਸੇਰ ਰਾਸ਼ਦ ਸਭ ਖੈਰ ਕਰੀਏ ਤੇ ਆ ਤੁਹਾਡੇ ਨਾਲ ਹੀ ਰੌਣਕਾਂ ਲੱਗ ਗਈਆਂ ਨੇ ਵਿੱਚ ਕੀ ਹਾਲ ਮੇਰਾ ਵੀ ਫਿਰ ਦਿਲ ਕਰ ਆਇਆ ਜਾਣ ਦਿਓ ਸੋਗਾ ਹੈ ਜੀ ਚਾਚੇ ਦਿਆ ਪੁੱਤਰਾ ਰਾਬਤਾ ਨਹੀਂ ਤੂੰ ਕਰਦਾ ਸਾਡੇ ਨਾਲ ਚਲੋ ਅੱਲਾ ਜ਼ਿੰਦਗੀ ਦੇ ਜੀ ਸਾਰਿਆਂ ਭਰਾਵਾਂ ਨੂੰ ਜਮ ਜਮ ਰਵੋ ਜਿੱਥੇ ਵੀ ਰਵੋ ਅੱਲਾ ਪਾਕ ਤੁਹਾਨੂੰ ਕਾਇਮ ਤੇ ਦਾਇਮ ਰੱਖੇ ਮਾਲਕ ਦੀ ਜ਼ਾਤ ਕਿਸੇ ਦਾ ਮੁਤਾਜ ਨਾ ਕਰੇ ਸਾਰਿਆਂ ਭਰਾਵਾਂ ਨੂੰ ਸਾਡੀ ਦੁਆ ਹੀ ਇਹ ਵੇ ਆਪਣੇ ਹਬੀਬ ਦੇ ਸਦਕੇ ਰਿਜ਼ਕੇ ਹਲਾਲ ਦੇ ਠੀਕ ਹੈ ਜੀ ਫਿਰ ਵਾਲੇ ਰੱਬ ਦੇ